ਇੱਥੇ ਸਾਲਾ ਸਾਰਾ ਕੁਝ ਮਿਲਦਾ। ਬਸ ਤੁਹਾਡਾ ਵਿਚੋਲਾ ਗਾਂਧੀ ਹੋਣਾ ਚਾਹੀਦਾ। ਇਹ ਸਿਸਟਮ ਸਾਲਾ ਉਹਨਾਂ ਦੇ ਸਿਰ 'ਤੇ ਚੱਲਦਾ ਜਿਹੜੇ ਇੱਥੇ ਦੱਲਾਗਿਰੀ ਅਤੇ ਬਾਹਰ ਮੁੱਖਬਰੀ ਕਰਦੇ ਆ। ਸਾਡੀ ਜ਼ਿੰਦਗੀ ਬਰਬਾਦ ਕਰਨ ਵਾਲਿਆਂ ਦੀ ਮੌਤ ਬਾਅਦ ਕਰਨੀ ਸਾਨੂੰ ਚੰਗੀ ਤਰ੍ਹਾਂ ਆਉਂਦੀ ਹੈ। ਹੋਰ ਕਿਵੇਂ ਚੱਲਦੀ ਹੈ ਤੇਰੀ ਪੜ੍ਹਾਈ? ਹੈਂਗ ਹੋ ਗਿਆ। ਕੀ ਹੈਂਗ ਹੋ ਗਿਆ? ਫੋਨ ਹੈਂਗ ਹੋ ਜਾਂਦਾ ਜੀ। ਫੋਨ ਮੇਰਾ ਤੂੰ ਚੁੱਕਦਾ ਨਹੀਂ, ਮੈਸੇਜ ਦਾ ਜਵਾਬ ਤੂੰ ਨਹੀਂ ਦਿੰਦਾ। ਸੈਲੀਬ੍ਰੇਸ਼ਨ ਚੱਲਣਗੇ ਅੱਜ ਬਰਥਡੇ ਮੇਰੀ ਜਾਨ। ਤੁਸੀਂ ਤਾਂ ਕਹਿੰਦੇ ਸੀ ਕਿ ਕੇਸਰ ਮਾਲ ਮਹਿੰਗਾ ਵੇਚਦੀ ਹੈ। ਭੈਣ ਬਣ ਕੇ ਨਾ ਚਾਰ ਦੇ ਦੇ। ਆ ਤੇਰੇ ਜੱਟਵਾਦ ਨੇ ਮਰਵਾ ਦੇਣਾ ਤੈਨੂੰ ਕਿਸੇ ਦਿਨ। ਬਾਈ ਟਿੱਕੇ ਯਾਰ ਕਹਿਣਾ ਪੰਗਾ ਪੈ ਗਿਆ ਯਾਰ। ਯਾਰ ਨਾਰਾਂ ਪਿੱਛੇ ਨਹੀਂ ਲੜਦੇ ਤੇ ਯਾਰਾਂ ਨੂੰ ਪੈਠਣੀ ਵਿਖਾਉਂਦੇ। ਇੱਕ ਕਦਮ ਉਠਾ ਥਾ ਗਲਤ ਰਾਹੇ ਸ਼ੌਕ ਨੂੰ, ਮੰਜ਼ਿਲ ਤਮਾਮ ਉਮਰ ਮੁਝੇ ਢੂੰਡਦੀ ਰਹੀ। ਤੇਰੇ ਹੱਡਾਂ ਚੋਂ ਕੱਟੂ ਮੈਂ ਸਾਰਾ ਕੁਛ, ਤੁਸੀਂ ਜਿਹੜਾ ਗੰਦ ਪਾਇਆ ਪੰਜਾਬ 'ਚ। ਮੈਨੂੰ ਤਾਂ ਇਹ ਨਹੀਂ ਪਤਾ ਲੱਗਿਆ ਕਿ ਉਹ ਮੇਰੇ ਪੁੱਤ ਨੂੰ ਕਿਉਂ ਚੱਕ ਕੇ ਲੈ ਗਈ। ਬਾਕੀ ਤੇ ਹਥਿਆਰ ਕਿੱਥੇ ਨੇ? ਉਹ ਤੇ ਉਹ ਰੁੱਝ ਤਾਂ ਹੈਣੀ ਚਾਹੁੰਦਾ, ਪਰ ਇੱਕ ਦਿਨ ਜ਼ਰੂਰ ਹੋਣਗੇ। ਠੀਕ 24 ਘੰਟੇ ਦੇ ਅੰਦਰ ਅੰਦਰ ਪੁਲਿਸ ਇਸ ਇਲਾਕੇ 'ਚੋਂ ਤੇਰੀ ਲਾਸ਼ ਚੱਕੂਗੀ। ਸਾਲਾ ਵੱਡਾ ਗੈਂਗਸਟਰ। ਜਿਹਦੀ ਜਿਹਦੀ ਜੇਬ 'ਚ ਪੈਸੇ ਹੈ ਉਹਦੀ ਉਹਦੀ ਜੇਬ 'ਚ ਆਪਣਾ ਮਾਲ ਹੋਊਗਾ। ਹੁਣ ਗੁੱਗੂ ਨਹੀਂ ਰਿਹਾ, ਗੁੱਗੂ ਗਿੱਲ ਗਰੋਪਰ ਬਣ ਗਿਆ। ਉਸਦਾ ਕਤਲ ਅਸੀਂ ਕੀਤਾ, ਅਸੀਂ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਸੀਂ ਚੈਲੰਜ ਕਰਦੇ ਹਾਂ, ਹੁਣ ਸਾਨੂੰ ਫੜ ਕੇ ਵਿਖਾ ਜੇ ਤੇਰੇ ਨਲਾਂ 'ਚ ਦਮ ਹੈ ਤਾਂ। ਪੁਰਾਣੀਆਂ ਗੱਲਾਂ ਸੋਚਣ ਦਾ ਵੇਲਾ ਨਹੀਂ ਕਾਕੇ, ਕੁਛ ਨਵਾਂ ਕਰਨ ਦਾ ਵੇਲਾ ਹੈ। ਮੇਰੇ ਹੱਥਾਂ ਦੇ ਕਾਰਤੂਸਤਾਂ ਪਾਣੀ ਤੋਂ ਦੂਰ ਹੋਈਆਂ ਮੱਛੀਆਂ ਵਾਂਗੂ ਤੜਫ ਰਹੇ ਆ। ਤੁਸੀਂ ਇਹ ਧਰਮ ਪਰ ਵਾਲਾ ਕੰਮ ਕਰਕੇ ਨਾ ਅੱਜ ਇੱਕ ਤੀਰ ਨਾ ਕਈ ਸ਼ਿਕਾਰ ਕਰ ਲਏ। ਖੇਡ ਸਮਝ ਨਹੀਂ ਆ ਰਹੀ। ਤੂੰ ਕਿਹੜਿਆ ਰਾਹਾਂ ਤੇ ਤੁਰ ਪਿਆ ਮੇਰਿਆ ਬੱਚੜਿਆ।